ਹਾਂਜੀ ਦੋਸਤੋ, ਲੈ ਕੇ ਆਏ ਨਵੀਂ ਵੀਡੀਓ 1992 ਦੇ ਸਭ ਤੋਂ ਵੱਡੇ ਘੁਟਾਲੇ ਦੀ। ਹੁਣੇ ਹੁਣੇ ਇਸ ਘੁਟਾਲੇ 'ਤੇ ਵੈੱਬ ਸੀਰੀਜ਼ ਵੀ ਆਈ ਹੈ, ਬਹੁਤ ਹੀ ਜ਼ਿਆਦਾ ਰਿਕਾਰਡ ਤੋੜ ਰਹੀ ਹੈ ਵੈੱਬ ਸੀਰੀਜ਼। ਅਤੇ ਇਹ ਵੀ ਖਬਰਾਂ ਆ ਰਹੀਆਂ ਨੇ ਵੀ ਇੱਕ ਕੰਪਨੀ ਆ ਜੋ ਰੇਟਿੰਗ ਦਿੰਦੀ ਹੈ ਵੈੱਬ ਸੀਰੀਜ਼ ਫਿਲਮਾਂ ਨੂੰ, ਅਤੇ ਉਹਦੇ ਵਿੱਚ ਬਾਹਰ ਦੀ ਦਾ ਬ੍ਰੇਕਿੰਗ ਬੈਡ ਵੈੱਬ ਸੀਰੀਜ਼ ਤੋਂ ਵੀ ਜ਼ਿਆਦਾ ਰੇਟਿੰਗ ਮਿਲੀ ਆ ਇਹ ਵੈੱਬ ਸੀਰੀਜ਼ ਸਕੈਮ 92 ਹਰਸ਼ਦ ਮਹਿਤਾ ਸਟੋਰੀ ਵਾਲੀ ਨੂੰ। ਅੱਜ ਦੱਸਾਂਗੇ ਵੀ 1992 ਦੇ ਵਿੱਚ 5000 ਕਰੋੜ ਦਾ ਜੋ ਘੁਟਾਲਾ ਹੋਇਆ ਸੀ, ਜਿਹੜਾ ਹਰਸ਼ਦ ਮਹਿਤਾ ਵੱਲੋਂ ਕੀਤਾ ਗਿਆ ਸੀ, ਉਹਦੀ ਸਾਰੀ ਜਾਣਕਾਰੀ ਦੇਵਾਂਗੇ। ਬਹੁਤ ਹੀ ਇੰਟਰਸਟਿੰਗ ਆ, ਤਾਂ ਜੁੜੇ ਰਹੋ। ਇੱਕ ਹੋਰ ਗੱਲ, ਜਿਹੜੇ ਹਰਸ਼ਦ ਮਹਿਤਾ ਅਤੇ ਵਿਜੇ ਮਾਲਿਆ, ਨੀਰਵ ਮੋਦੀ, ਇਹ ਸਾਰਿਆਂ 'ਚ ਇੱਕ ਗੱਲ ਮਿਲਦੀ ਆ ਵੀ ਇਹਨਾਂ ਸਾਰਿਆਂ ਨੇ ਬੈਂਕਿੰਗ ਸਿਸਟਮ ਦਾ ਜਿਹੜੇ ਵੀਕ ਪੁਆਇੰਟ ਨੇ ਉਹਨਾਂ ਨੂੰ ਲੱਭਿਆ ਅਤੇ ਆਪਣੇ ਫਾਇਦੇ ਲਈ ਯੂਜ਼ ਕੀਤਾ। ਹਰਸ਼ਦ ਮਹਿਤਾ ਗੁਜਰਾਤੀ ਪਰਿਵਾਰ ਤੋਂ ਸੀਗਾ, ਅਤੇ ਹਰਸ਼ਦ ਮਹਿਤਾ ਦੇ ਫਾਦਰ ਦਾ ਟੈਕਸਟਾਈਲ ਦੀ ਫੈਕਟਰੀ ਸੀ, ਅਤੇ ਉਹ ਫੇਲ ਹੋ ਗਈ ਸੀ ਟੈਕਸਟਾਈਲ ਦੀ ਫੈਕਟਰੀ। ਅਤੇ ਹਰਸ਼ਦ ਨੇ ਕਾਲਜ ਤੋਂ ਬਾਅਦ 6-7 ਸਾਲ ਧੱਕੇ ਖਾਧੇ, ਅਤੇ ਫਿਰ ਇੱਕ ਇੰਸ਼ੋਰੈਂਸ ਕੰਪਨੀ ਜੁਆਇਨ ਕੀਤੀ ਜਿੱਥੋਂ ਉਹਨੂੰ ਸ਼ੇਅਰ ਮਾਰਕੀਟ ਵਿੱਚ ਇੰਟਰਸਟ ਪੈਦਾ ਹੋਣ ਲੱਗ ਗਿਆ, ਅਤੇ ਉਹ ਕੰਪਨੀ ਛੱਡ ਕੇ ਉਹਨੇ ਫਿਰ ਨਿਊ ਕੰਪਨੀ ਜੁਆਇਨ ਕੀਤੀ ਜਿੱਥੇ ਸ਼ੇਅਰ ਖਰੀਦਣ ਵਾਲੇ ਅਤੇ ਵੇਚਣ ਵਾਲੇ ਨੂੰ ਮਿਲਾਇਆ ਜਾਂਦਾ ਸੀ, ਉਹਨਾਂ ਦੇ ਡੀਲਾਂ ਕਰਵਾਈਆਂ ਜਾਂਦੀਆਂ ਸੀ, ਅਤੇ ਉਹੀ ਚੀਜ਼ ਦਾ ਇਹ ਕੰਪਨੀ ਨੂੰ ਕਮਿਸ਼ਨ ਮਿਲਦਾ ਸੀ। ਅਤੇ ਉਹ ਕੰਪਨੀ ਦੇ ਵਿੱਚ ਕਾਫੀ ਦੇਰ ਰਹਿ ਕੇ ਹਰਸ਼ਦ ਮਹਿਤਾ ਨੇ ਐਕਸਪੀਰੀਅੰਸ ਇਕੱਠਾ ਕੀਤਾ, ਅਤੇ ਫਿਰ ਆਪਣੀ ਕੰਪਨੀ ਖੋਲ੍ਹ ਲਈ, ਅਤੇ ਫਿਰ ਸ਼ੇਅਰਾਂ ਵਿੱਚ ਪੈਸੇ ਲਾ ਕੇ 3-4 ਸਾਲਾਂ ਦੇ ਵਿੱਚ ਬਹੁਤ ਪੈਸੇ ਬਣਾ ਲਏ, ਅਤੇ ਇੱਥੋਂ ਹੀ ਸ਼ੁਰੂ ਹੁੰਦਾ ਅਸਲੀ ਮਸਲਾ। ਅਤੇ ਉਸ ਟਾਈਮ ਸਰਕਾਰਾਂ ਨੂੰ ਜਦ ਪੈਸੇ ਚਾਹੀਦੇ ਹੁੰਦੇ ਸੀ ਬੈਂਕਾਂ ਤੋਂ, ਤਾਂ ਉਹ ਗੌਰਮੈਂਟ ਬੌਂਡ ਜਾਰੀ ਕਰ ਦਿੰਦੀਆਂ ਸੀ ਬੈਂਕਾਂ ਨੂੰ, ਇੱਕ ਗੌਰਮੈਂਟ ਸਿਕਿਉਰਿਟੀ ਦੀ ਤਰ੍ਹਾਂ। ਅਤੇ ਉਹ ਟਾਈਮ RBI ਨੇ ਇੱਕ ਰੂਲ ਜਾਰੀ ਕੀਤਾ ਸੀ ਵੀ ਹਰ ਬੈਂਕ ਕੋਲ ਕੁਛ ਕੁ ਅਮਾਊਂਟ ਜਾਰੀ ਕੀਤੀ ਸੀ ਵੀ ਇੰਨੇ ਕੁ ਬੌਂਡ ਹੋਣੇ ਜ਼ਰੂਰੀ ਨੇ ਗੌਰਮੈਂਟ ਦੇ। ਵੱਡੇ ਬੈਂਕ ਤਾਂ ਹੀਲਾ ਕਰ ਲੈਂਦੇ ਸੀ ਬੌਂਡਾਂ ਦਾ, ਪਰ ਜਿਹੜੇ ਛੋਟੇ ਬੈਂਕ ਸੀ ਉਹਨਾਂ ਨੂੰ ਔਖਾ ਹੁੰਦਾ ਸੀ। ਜਿਵੇਂ ਮੰਨ ਲਓ ਹੁਸ਼ਿਆਰ ਜਵਾਕ ਨੇ ਤਾਂ ਹੋਮਵਰਕ ਕਰ ਲੈਣਾ, ਪਰ ਜਿਹੜਾ ਨਲਾਇਕ ਜਵਾਕ ਆ ਉਹਨੂੰ ਕੁਛ ਨਾ ਕੁਛ ਰਿਸ਼ਵਤ ਦੇਣੀ ਪੈਂਦੀ ਆ ਹੁਸ਼ਿਆਰ ਜਵਾਕ ਤੋਂ ਹੋਮਵਰਕ ਕਾਪੀ ਕਰਨ ਲਈ। ਅਤੇ ਐਵੇਂ ਫਿਰ ਛੋਟੇ ਬੈਂਕਾਂ ਨੂੰ ਬੜੇ ਬੈਂਕਾਂ ਤੋਂ ਲੈਣੇ ਪੈਂਦੇ ਸੀ ਗੌਰਮੈਂਟ ਬੌਂਡ, ਪਰ ਇਹ ਕੰਮ ਡਾਇਰੈਕਟ ਨਹੀਂ ਹੁੰਦਾ ਸੀ। ਵਿੱਚ ਬਹੁਤ ਬੰਦੇ ਹੁੰਦੇ ਸੀ ਜਿਹੜੇ ਇੱਕ ਬੈਂਕ ਦੀ ਦੂਜੇ ਬੈਂਕ ਲਈ ਡੀਲ ਲੈ ਕੇ ਜਾਂਦੇ ਸੀ, ਅਤੇ ਉਹਨਾਂ ਵਿੱਚੋਂ ਹੀ ਇੱਕ ਸੀ ਹਰਸ਼ਦ ਮਹਿਤਾ, ਜਿਹੜਾ ਬੈਂਕਾਂ ਦੇ ਵਿੱਚ ਡੀਲਾਂ ਲੈ ਕੇ ਜਾਂਦਾ ਸੀ ਇੱਕ ਬੈਂਕ ਤੋਂ ਦੂਜੇ ਬੈਂਕ ਲਈ। ਅਤੇ ਜਿਹੜੇ ਬੈਂਕ ਨੂੰ ਗੌਰਮੈਂਟ ਬੌਂਡ ਚਾਹੀਦੇ ਹੁੰਦੇ ਸੀ ਉਹਨਾਂ ਨੂੰ ਕਿਸੇ ਦੂਜੇ ਬੈਂਕ ਕੋਲ, ਜਿਹਨਾਂ ਕੋਲ ਐਕਸਟਰਾ ਬੌਂਡ ਹੁੰਦੇ ਸੀ ਉਹਨਾਂ ਤੋਂ ਬੌਂਡ ਦਵਾ ਕੇ ਉਹ ਬੈਂਕ ਤੋਂ ਪੈਸੇ ਆਪਣੇ ਅਕਾਊਂਟ ਵਿੱਚ ਪਵਾ ਲੈਂਦਾ ਸੀ, ਅਤੇ ਜਿਹਨਾਂ ਤੋਂ ਬੌਂਡ ਦਵਾਏ ਹੁੰਦੇ ਸੀ ਉਹਨਾਂ ਨੂੰ ਵਧੀਆ ਵਿਆਜ ਦੇ ਦਿੰਦਾ ਸੀ, ਅਤੇ ਜੋ ਵੀ ਡੀਲ ਹੁੰਦੀ ਸੀ ਉਹਦੇ ਲਈ ਉਹ 20-30 ਦਿਨ ਦਾ ਸਮਾਂ ਲੈ ਲੈਂਦਾ ਸੀ ਬੈਂਕਾਂ ਤੋਂ ਪੈਸੇ ਇੱਧਰ ਉੱਧਰ ਕਰਨ ਲਈ। ਅਤੇ ਜਿੰਨਾ ਚਿਰ ਉਹਦੇ ਅਕਾਊਂਟ ਵਿੱਚ ਪੈਸੇ ਰਹਿੰਦੇ ਸੀ ਉਹ ਸਾਰੇ ਪੈਸੇ ਨੂੰ ਸ਼ੇਅਰ ਮਾਰਕੀਟ ਵਿੱਚ ਲਾ ਦਿੰਦਾ ਸੀ, ਅਤੇ ਸ਼ੇਅਰ ਮਾਰਕੀਟ 'ਚ ਪ੍ਰਾਈਜ਼ ਸੀਗੇ ਜਿਹੜੇ ਉਹ ਚੱਕ ਦਿੰਦਾ ਸੀ ਸ਼ੇਅਰਾਂ ਦੇ। ਜੇ ਕੋਈ ਵੀ ਬੈਂਕ ਪੈਸੇ ਮੰਗਦਾ ਸੀ ਤਾਂ ਉਹ ਕਿਸੇ ਹੋਰ ਬੈਂਕ ਤੋਂ ਲੈ ਕੇ ਦੇ ਦਿੰਦਾ ਸੀ, ਐਵੇਂ ਹੀ ਉਹਨੇ ਗੇਮ ਘੁਮਾਈ ਹੋਈ ਸੀ ਕਈ ਬੈਂਕਾਂ ਨਾਲ। ਅਤੇ ਫਿਰ ਕੰਮ ਚੱਲਿਆ ਫੇਕ ਪਰਚੀਆਂ ਦਾ, ਬੈਂਕਾਂ ਤੋਂ ਪੈਸੇ ਲੈਣੇ ਸ਼ੁਰੂ ਕਰਤੇ ਫੇਕ ਪਰਚੀਆਂ 'ਤੇ। ਸਿੰਪਲ ਜੀ ਗੱਲ ਸੀ ਵੀ ਜੋ ਗੌਰਮੈਂਟ ਦਾ ਪੈਸਾ ਅਤੇ ਲੋਕਾਂ ਦਾ ਪੈਸਾ ਸੀ, ਬੈਂਕਾਂ ਦਾ ਪੈਸਾ ਸੀ, ਉਹਨੂੰ ਇੱਕ ਤਰ੍ਹਾਂ ਦਾ ਬੋਰੋ ਕਰਨ ਦਾ ਤਰੀਕਾ ਲੱਭ ਲਿਆ, ਅਤੇ ਉਹਨੂੰ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਕੇ ਆਪਣਾ ਪ੍ਰੋਫਿਟ ਬਣਾ ਲੈਂਦਾ ਸੀ, ਅਤੇ ਜਿਹੜੇ ਬੈਂਕਾਂ ਤੋਂ ਪੈਸੇ ਲਿੱਤੇ ਹੁੰਦੇ ਸੀ ਉਹ ਪੈਸੇ ਵਾਪਸ ਕਰ ਦਿੰਦਾ ਸੀ, ਅਤੇ ਜਿਹੜਾ ਪ੍ਰੋਫਿਟ ਹੁੰਦਾ ਸੀ ਉਹ ਉਹਦਾ ਹੁੰਦਾ ਸੀ। ਸਾਰਾ ਕੁਝ ਸਹੀ ਚੱਲੀ ਜਾ ਰਿਹਾ ਸੀ। ਉਦਲੀ ਵਾਰ ਪੰਗਾ ਉਦੋਂ ਪਿਆ ਜਦੋਂ ਸ਼ੇਅਰ ਮਾਰਕੀਟ ਵਿੱਚ ਮੰਦੀ ਦਾ ਦੌਰ ਆ ਗਿਆ, ਅਤੇ ਪੈਸੇ ਬੈਂਕਾਂ ਦੇ ਵਾਪਸ ਨਹੀਂ ਮੋੜ ਹੋ ਰਹੇ ਸੀ। ਅਤੇ ਫਿਰ ਇਸ ਬਾਰੇ ਇੱਕ ਨਿਊਜ਼ ਰਿਪੋਰਟਰ ਨੇ ਆਪਣੇ ਅਖਬਾਰ ਵਿੱਚ ਲਿਖਿਆ, ਅਤੇ ਲੋਕਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਸੀਗਾ ਵੀ ਇਹ ਕੀ ਚੱਲ ਰਿਹਾ, ਵੀ ਬੰਦਾ ਇੰਨੀ ਛੇਤੀ ਕਿਵੇਂ ਕਰੋੜਾਪਤੀ ਬਣ ਗਿਆ। ਚਲੋ, ਜਦ ਇਹ ਗੱਲ ਲੋਕਾਂ ਨੂੰ ਪਤਾ ਲੱਗੀ ਤਾਂ ਫਿਰ ਮਾਰਕੀਟ 'ਚ ਹੋਰ ਮੰਦੀ ਆ ਗਈ, ਅਤੇ ਕਰੋੜਾਂ ਹੀ ਰੁਪਈਆ ਲੋਕਾਂ ਦਾ ਡੁੱਬ ਗਿਆ, ਅਤੇ ਫਿਰ CBI ਦੀ ਜਾਂਚ ਸ਼ੁਰੂ ਹੋ ਗਈ। 2001 ਵਿੱਚ ਜੇਲ੍ਹ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਹਰਸ਼ਦ ਮਹਿਤਾ ਦੀ। 5-6 ਸਾਲਾਂ 'ਚ ਜ਼ੀਰੋ ਤੋਂ ਹੀਰੋ ਬਣ ਗਿਆ ਸੀ, ਅਤੇ ਕੁਛ ਕੁ ਮਹੀਨਿਆਂ ਵਿੱਚ ਹੀ ਹੀਰੋ ਤੋਂ ਫਿਰ ਦੁਬਾਰਾ ਜ਼ੀਰੋ ਬਣ ਗਿਆ ਸੀ ਹਰਸ਼ਦ ਮਹਿਤਾ। ਇਹ ਸੀ ਸਟੋਰੀ ਸਟਾਕ ਮਾਰਕੀਟ 'ਚ ਹੋਏ ਸਭ ਤੋਂ ਬੜੇ ਘਟਾਲੇ ਦੀ। ਹੋਰ ਅਜਿਹੀਆਂ ਸਟੋਰੀਆਂ ਲਈ ਜੁੜੇ ਰਹੋ। ਸਤਿ ਸ਼੍ਰੀ ਅਕਾਲ।